ਹਰ ਚੀਜ਼ ਨਾਲ ਲੈਸ ਹੈ ਜਿਹੜੀ ਆਧੁਨਿਕ ਜਿਹੜੀ ਆਪਾਂ ਨੂੰ ਚੀਜ਼ ਚਾਹੀਦੀ ਹੁੰਦੀ ਹੈ ਬੱਚਿਆਂ ਲਈ ਐਜੂਕੇਸ਼ਨ ਵਾਸਤੇ ਜੀ, ਅਤੇ ਉਹ ਸਾਰੀ ਇੱਥੇ ਆਰ ਓ ਵਾਲਾ ਪਾਣੀ ਹੈਗਾ ਜੀ, ਪ੍ਰੋਪਰ ਸਮਾਰਟ ਕਲਾਸਿਸ ਹੈਗੀਆਂ ਜੀ, ਅਤੇ ਤਾਂ ਜੋ ਸਾਨੂੰ ਇਹ ਲੱਗਦਾ ਹੁੰਦਾ ਵੀ ਜੋ ਵੀ ਬੱਚਿਆਂ ਨੂੰ ਸਹੂਲਤ ਦੇਣੀ ਚਾਹੀਦੀ ਆ ਉਹ ਇਹਨਾਂ ਨੂੰ ਦਿੱਤੀ ਜਾਵੇ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਅਸੀਂ ਆਏ ਹਾਂ ਵਿੱਦਿਆ ਦੀ ਦਾਨੀ ਸੰਸਥਾ ਗੁਰੂ ਗੋਬਿੰਦ ਸਿੰਘ ਸਕੂਲ, ਜਿਹੜਾ ਕਿ ਲੰਬੇ ਸਮੇਂ ਤੋਂ ਸੇਵਾਵਾਂ ਕਰ ਰਿਹਾ ਹੈਗਾ। 2019 ਤੋਂ ਇਹ ਬੂਟਾ ਲੱਗਿਆ ਸੀਗਾ, ਜਿਹੜਾ ਕਿ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰ ਚੁੱਕਿਆ। ਯੰਗ ਬਲੱਡਡ ਜਿਹੜੇ ਨੌਜਵਾਨ ਦੋਨਾਂ ਨੇ ਇਹ ਸਟਾਰਟਿੰਗ ਕੀਤੀ, ਜਿਨ੍ਹਾਂ ਨੇ ਕੋਸ਼ਿਸ਼ ਇਹ ਕੀਤੀ ਵੀ ਪੇਂਡੂ ਏਰੀਏ ਦੇ ਵਿੱਚ ਅਸੀਂ ਸ਼ਹਿਰੀ ਸਹੂਲਤਾਂ ਦੇਈਏ। ਔਰ ਆਪਾਂ ਦੇਖ ਸਕਦੇ ਹਾਂ ਕਿ ਉਸ ਧਰਤੀ ਦੇ ਉੱਤੇ ਜਿੱਥੇ ਲੋਕ ਇੱਕ ਸੈਕਿੰਡ ਗੁਜ਼ਾਰਨ ਨੂੰ ਨਤਮਸਤਕ ਹੁੰਦੇ ਨੇ, ਔਰ ਜਿਸ ਤਰੀਕੇ ਦੇ ਨਾਲ ਅੱਜ 251 ਲੜਕੀਆਂ ਦੇ ਆਨੰਦ ਕਾਰਜ ਹੋ ਰਹੇ ਨੇ, ਖੁਸ਼ਬੂਆਂ ਫੈਲਦੀਆਂ ਨੇ, ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਜਿਹੜੇ ਆ ਉੱਥੇ ਹੁੰਦੇ ਨੇ, ਔਰ ਸਾਰੇ ਪਿੰਡ ਦੇ ਵਿੱਚ ਉਹ ਵਾਈਬ੍ਰੇਸ਼ਨਾਂ ਪਵਿੱਤਰਤਾ ਦੀਆਂ ਪਹੁੰਚਦੀਆਂ ਨੇ। ਵੀਰ ਜੀ ਰਵਿੜ ਬਾਗੀ ਨੇ ਜਿਹੜੇ ਇਸ ਧਰਤੀ ਦੇ ਉੱਪਰ ਜਿੱਥੇ ਕਿ ਗੁਰੂ ਸਾਹਿਬ ਜੀ ਦੇ ਬਸਤਰ ਜਿਹੜੇ ਹੈਗੇ ਆ, 10ਵੇਂ ਪਾਤਸ਼ਾਹ ਔਰ ਪਹਿਲੇ ਪਾਤਸ਼ਾਹੀ ਦੇ ਜਿਹੜੇ ਬਸਤਰ ਹੈਗੇ ਆ ਉਹ ਵੀ ਇੱਥੇ ਸੁਸ਼ੋਭਿਤ ਨੇ ਇਸ ਪਿੰਡ ਦੇ ਵਿੱਚ। ਇਤਿਹਾਸਿਕ ਪਿੰਡ ਹੈਗਾ ਢਿਲਵਾਂ, ਔਰ ਕੋਟਕਪੁਰੇ ਦੇ ਬਿਲਕੁਲ ਨਾਲ ਹੈਗਾ, ਉੱਥੇ ਵਿੱਦਿਆ ਦੀ ਦਾਨ ਦਾ ਬੂਟਾ ਵੀਰ ਜੀ ਹੋਰਾਂ ਨੇ ਲਾਇਆ। ਵੀਰ ਜੀ ਸਵਾਗਤ ਹੈ ਤੁਹਾਡਾ, ਕੀ ਕਹਿਣਾ ਚਾਹੋਗੇ? ਪਿੰਡ ਢਿਲਵਾਂ ਕਲਾਂ ਜੀ, 10ਵੇਂ ਪਾਤਸ਼ਾਹ ਇੱਥੇ ਆਏ ਸੀ, ਇਤਿਹਾਸਿਕ ਪਿੰਡ ਹੈ ਜੀ ਕੋਟਕਪੁਰੇ ਤੋਂ ਹੁੰਦੇ ਹੋਏ, ਅਤੇ ਥੋੜ੍ਹੇ ਦਿਨ ਇੱਥੇ ਗੁਰੂ ਸਾਹਿਬ ਨੇ ਆਪਦਾ ਠਹਿਰਾਅ ਕੀਤਾ ਸੀਗਾ, ਅਤੇ ਅਸੀਂ ਆਪਦੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਜੋ ਇਸ ਧਰਤੀ 'ਤੇ ਆ ਕੇ ਅਸੀਂ ਵਿੱਦਿਆ ਦਾ ਜਿਹੜਾ ਹੈਗਾ ਪ੍ਰਚਾਰ ਕਰ ਰਹੇ ਹਾਂ, ਵਿੱਦਿਆ ਬੱਚਿਆਂ ਨੂੰ ਦੱਸ ਰਹੇ ਹਾਂ ਵੀ ਵਿੱਦਿਆ ਦੇ ਬਾਰੇ। ਅਤੇ ਵੀਰ ਜੀ ਕੀ ਕਹਿਣਾ ਚਾਹੋਗੇ ਕਿ ਆਪਣੇ ਪਿੰਡਾਂ 'ਚ ਬਹਿ ਕੇ ਸਕੂਲ ਚਲਾਉਣੇ ਬੜੇ ਡਿਫੀਕਲਟ ਹੁੰਦੇ ਆ, ਔਰ ਕਿਉਂਕਿ ਲੋਕ ਕੰਜ਼ਰਵੇਟਿਵ ਹੁੰਦੇ ਆ, ਉਹਦੇ ਬਾਵਜੂਦ ਤੁਸੀਂ ਦੋਨਾਂ ਨੇ ਸੇਵਾ ਸ਼ੁਰੂ ਕੀਤੀ ਔਰ ਅੱਜ ਬੁਲੰਦੀਆਂ ਨੂੰ ਛੂ ਰਹੇ ਹੋ, ਬਹੁਤ ਮਿਹਨਤ ਕੀਤੀ ਆ ਦੋਨਾਂ ਭਰਾਵਾਂ ਨੇ ਮਿਲ ਕੇ, ਔਰ ਸਕੂਲ ਦੇ ਵਿੱਚ ਕਿਉਂਕਿ ਬੜਾ ਔਖਾ ਪੀਰੀਅਡ ਸੀਗਾ ਜਦੋਂ ਕਰੋਨਾ ਦਾ ਪੀਰੀਅਡ ਵਿੱਚ ਆ ਗਿਆ, ਬਹੁਤ ਔਖਿਆਈਆਂ ਝੱਲੀਆਂ ਸਕੂਲ ਨੇ, ਲੇਕਿਨ ਉਹਦੇ ਬਾਵਜੂਦ ਵੀ ਤੁਸੀਂ ਇੱਕ ਚਾਣ ਵਾਂਗੂ ਖੜੇ ਰਹੇ, ਕਿਉਂਕਿ ਬਹੁਤ ਸਕੂਲ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਸਟਾਰਟਿੰਗ ਵਾਲੇ ਸੀਗੇ ਦੇ ਹੈਵ ਟੂ ਬੀ ਡਿਸਪੋਜ਼ ਆਫ ਕਰਨੇ ਪਏ, ਲੇਕਿਨ ਤੁਸੀਂ ਦੋਨਾਂ ਨੇ ਮਿਹਨਤ ਨਹੀਂ ਛੱਡੀ ਔਰ ਇਹ ਪੈਸੇ ਨੂੰ ਮੁੱਖ ਨਹੀਂ ਬਣਾਇਆ, ਪੈਸੇ ਚਾਹੇ ਆਪਣੇ ਜੇਬਾਂ ਦੇ ਵਿੱਚੋਂ ਜਿੰਨੇ ਮਰਜ਼ੀ ਲੱਗ ਗਏ ਲੇਕਿਨ ਸਕੂਲ ਨੂੰ ਚੱਲਦਾ ਰੱਖਿਆ ਜੀ। ਬਿਲਕੁਲ ਜੀ, ਇਹ ਬਸ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਜੀ, ਪਰਮਾਤਮਾ ਦੀ ਕਿਰਪਾ ਜੀ, ਅਤੇ ਬੱਚਿਆਂ ਨੇ ਪੇਰੈਂਟਸ ਨੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜੀ, ਅਤੇ ਬਸ ਉਸੇ ਕਰਕੇ ਅਸੀਂ ਇੱਥੇ ਬੈਠੇ ਹਾਂ ਜੀ। ਵੀਰ ਜੀ ਵੈਲਿਊਜ਼ ਦੇ ਉੱਪਰ ਬਹੁਤ ਇਸ ਸਕੂਲ 'ਚ ਧਿਆਨ ਦਿੱਤਾ ਜਾਂਦਾ ਕਿ ਬੱਚੇ ਜਿਹੜੇ ਹੈਗੇ ਆ ਉਹ ਮਾਂ ਬਾਪ ਦੇ ਆਗਿਆਕਾਰੀ ਬਣਨ, ਉਹਨਾਂ ਦੇ ਵਿੱਚ ਇੱਕ ਪੋਜ਼ੀਟਿਵਿਟੀ ਆਵੇ, ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ 'ਤੇ ਐਮਫਸਾਈਜ਼ ਕੀਤਾ ਜਾਂਦਾ,
ਔਰ ਹਮੇਸ਼ਾ ਇਹ ਸਕੂਲ ਦਾ ਮੰਤਵ ਇਹ ਹੈ ਕਿ ਨੋ ਪ੍ਰੋਫਿਟ ਨੋ ਲੋਸ। ਇਹ ਸਕੂਲ ਜਦੋਂ ਦਾ ਬਣਿਆ ਮਿਸਤਰੀ ਨਹੀਂ ਕਦੇ ਹਟੇ, ਕੋਸ਼ਿਸ਼ ਤੁਹਾਡੀ ਦੋਨਾਂ ਭਰਾਵਾਂ ਦੀ ਇਹ ਹੈ ਕਿ ਇਹ ਸਕੂਲ ਵੱਧਦਾ ਜਾਵੇ, ਵੀ ਜੋ ਵੀ ਇਸ ਸਕੂਲ 'ਚ ਅਸੀਂ ਨਵਾਂ ਲਿਆ ਸਕਦੇ ਲੈ ਕੇ ਆਈਏ। ਬਿਲਕੁਲ ਜੀ, ਇਸ ਤਰ੍ਹਾਂ ਹੈਗਾ ਜੀ, ਜਿਵੇਂ ਅੱਜ ਕੱਲ੍ਹ ਸਿੱਖਿਆ ਦੇ ਨਾਲ ਆਪਾਂ ਨੂੰ ਜਿਹੜੀ ਨੈਤਿਕ ਸਿੱਖਿਆ ਹੈਗੀ ਹੈ ਜੀ, ਉਸ 'ਤੇ ਬਹੁਤ ਜ਼ੋਰ ਦੇਣਾ ਚਾਹੀਦਾ ਜੀ। ਜੇ ਨੈਤਿਕ ਸਿੱਖਿਆ ਸਾਡੇ ਕੋਲ ਨਾ ਹੋਊਗੀ, ਬੱਚਿਆਂ ਕੋਲ ਨਾ ਹੋਊਗੀ, ਤਾਂ ਅਸੀਂ ਆ ਕਿਤਾਬੀ ਜਿਹੜੀਆਂ ਹੈਗੀਆਂ ਗੱਲਾਂ ਕਿੰਨੀਆਂ ਮਰਜ਼ੀ ਇਹਨਾਂ ਨੂੰ ਪੜ੍ਹਾਈ ਚੱਲੀਏ ਜੀ, ਅਤੇ ਉਹ ਵਿਅਰਥ ਹੋਣਗੀਆਂ ਜੀ। ਉਹ ਜੇ ਨੈਤਿਕ ਸਿੱਖਿਆ ਨਾਲ ਨਾਲ ਬੱਚਿਆਂ ਨੂੰ ਦੱਸੀ ਜਾਊਗੀ, ਤਾਂ ਫਿਰ ਹੀ ਉਹ ਆਪਦਾ ਜ਼ਿੰਦਗੀ ਦੇ ਵਿੱਚ ਸਹੀ ਤਰੀਕੇ ਨਾਲ ਕਾਮਯਾਬ ਹੋ ਸਕਦੇ ਆ ਅਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ। ਵੀਰ ਜੀ, ਇੱਕ ਐਸੀ ਜਗ੍ਹਾ ਜਿੱਥੇ ਲੋਕ ਅਸੀਂ ਛੋਟੇ ਹੁੰਦੇ ਸੀਗੇ ਅਤੇ ਖੇਤਾਂ ਜਾ ਕੇ ਪੜ੍ਹਦੇ ਹੁੰਦੇ ਸੀਗੇ ਵੀ ਉੱਥੇ ਕਾਮ ਦੇ ਵਿੱਚ ਸੈਲਫ ਸਟੱਡੀ ਕਰਾਂਗੇ, ਔਰ ਇੱਥੇ ਤਾਂ ਨਜ਼ਾਰਾ ਹੀ ਇਹੋ ਜਿਹਾ ਵੀ ਜਦੋਂ ਬੰਦਾ ਆਸ ਪਾਸ ਦੇਖਦਾ ਖੁਸ਼ੀ ਹੁੰਦੀ ਉਹਨੂੰ ਬੰਦੇ ਨੂੰ, ਔਰ ਇੱਥੇ ਇੱਕ ਇਕਾਗਰਤਾ ਬਣਦੀ ਹੈਗੀ ਹੈ, ਕੀ ਕਹਿਣਾ ਚਾਹੋ ਇਸ ਬਾਰੇ? ਅੱਜ ਵੀ ਗੁਰੂ ਸਾਹਿਬ ਦੀ ਕਿਰਪਾ ਕਹਿ ਸਕਦੇ ਹਾਂ ਜੀ ਨੂੰ, ਅਤੇ ਆਸੇ ਪਾਸੇ ਜਿਹੜੀ ਹਰਿਆਲੀ ਹੈਗੀ ਆ ਜੀ, ਆਕਸੀਜਨ ਜਿਹੜਾ ਹੈਗਾ ਜੀ ਲੈਵਲ ਹੈਗਾ ਉਹ ਬਿਲਕੁਲ ਠੀਕ ਹੁੰਦਾ ਜੀ, ਅਤੇ ਕੋਈ ਸ਼ੋਰ ਨਹੀਂ, ਕੋਈ ਨੋਇਸ ਪੋਲਿਊਸ਼ਨ ਨਹੀਂ ਹੈਗਾ ਜੀ, ਅਤੇ ਇਸ ਵਾਸਤੇ ਇਹ ਹੈਗਾ ਵੀ ਬੱਚਿਆਂ ਦੇ ਇਹ ਵੀ ਚੰਗਾ ਅਸਰ ਪੈਂਦਾ ਜੀ ਸਿਹਤ 'ਤੇ। ਵੈਲ ਐਕਸਪੀਰੀਅੰਸ ਟੀਚਰ ਇੱਥੇ ਵੈਲ ਐਕਸਪੀਰੀਅੰਸ ਟੀਚਰ ਹੈਗੇ ਆ ਜੀ, ਬੀ ਐਡ ਕੀਤੀ ਹੋਈ ਹੈ ਜੀ, ਟੈਟ ਪਾਸ ਵਾਲੇ ਟੀਚਰ ਹੈਗੇ ਆ ਸਾਡੇ ਕੋਲ ਸਾਰੇ ਜੀ, ਅਤੇ ਸਟਾਫ ਵੀ ਪੂਰਾ ਮਿਹਨਤ ਕਰ ਰਿਹਾ ਜੀ ਬੱਚਿਆਂ ਨੂੰ ਐਜੂਕੇਟ ਕਰਨ ਦੇ ਵਿੱਚ। ਵੀਰ ਜੀ, ਕੀ ਤੁਹਾਡਾ ਮੈਸੇਜ ਰਹੂਗਾ ਉਹਨਾਂ ਦੇਖਣ ਵਾਲਿਆਂ ਨੂੰ, ਕਿਉਂਕਿ ਪਲੱਸ ਜਿਹੜੇ ਹੈਗੇ ਆ ਨਰਸਰੀ ਤੋਂ ਬੱਚੇ ਜਿਹੜੇ ਹੈਗੇ ਆ ਆਉਣੇ ਸ਼ੁਰੂ ਹੋ ਗਏ ਆ, ਐਡਮਿਸ਼ਨਾਂ ਚਾਲੂ ਆ, ਇੱਥੇ ਸਕੂਲ ਦੇ ਵਿੱਚ ਫੀਸਿਸ ਵੀ ਘੱਟ ਨੇ, ਔਰ ਤੁਹਾਡਾ ਜਿਹੜੇ ਇੱਕ ਇੱਕ ਕਲਾਸ ਦੇ ਵਿੱਚ ਦੋ ਦੋ ਟੀਚਰ ਦਿੱਤੇ ਨੇ ਛੋਟੀਆਂ ਕਲਾਸਾਂ ਦੇ ਵਿੱਚ, ਕਿ ਬੱਚਿਆਂ ਨੂੰ ਕਿਸੇ ਨੇ ਬਾਥਰੂਮ ਵੀ ਕਰਤਾ ਹੋਰ ਵੀ ਆ, ਤਾਂ ਉਹ ਇੱਕ ਘਰ ਵਾਂਗੂ ਇੱਕ ਉਹਨੂੰ ਫੈਮਿਲੀ ਐਟਮੋਸਫੀਅਰ ਮਿਲੂਗਾ ਬੱਚੇ ਨੂੰ। ਬਿਲਕੁਲ ਜੀ, ਇਹ ਸਕੂਲ ਦਾ ਮੰਤਵ ਇਹ ਹੋਣਾ ਚਾਹੀਦਾ ਜੀ ਵੀ ਜਿਹੜੇ ਪੇਰੈਂਟਸ ਤੁਹਾਡੇ ਕੋਲ ਬੱਚੇ ਆਪਦਾ ਭੇਜਦੇ ਆ ਜੀ, ਆਪਦੇ ਫਿਊਚਰ ਵਾਸਤੇ ਭੇਜਦੇ ਆ ਜੀ, ਤਾਂ ਤੁਹਾਡੀ ਪੂਰੀ ਦੀ ਪੂਰੀ ਰਿਸਪੋਂਸੀਬਿਲਟੀ ਹੋਣੀ ਚਾਹੀਦੀ ਹੈ, ਫੁੱਲ ਰਿਸਪੋਂਸੀਬਿਲਟੀ ਹੋਣੀ ਚਾਹੀਦੀ ਹੈ ਵੀ ਹਰੇਕ ਬੱਚੇ ਨੂੰ ਤੁਸੀਂ ਆਪਦਾ ਬੱਚਾ ਸਮਝ ਕੇ ਐਜੂਕੇਟ ਕਰੋ, ਤਾਂ ਕਿ ਉਹ ਇੱਕ ਵਧੀਆ ਨਾਗਰਿਕ ਬਣ ਸਕਣ, ਜਿਸ ਕਰਕੇ ਇੱਕ ਵਧੀਆ ਦੇਸ਼ ਦੀ ਸਿਰਜਣਾ ਹੋ ਸਕੇ। ਵੀਰ ਜੀ, ਏਰੀਆ ਪੇਂਡੂ ਆ, ਲੇਕਿਨ ਤੁਸੀਂ ਕੋਈ ਵੀ ਸ਼ਹਿਰੀ ਸਹੂਲਤ ਆ ਜਿਹੜੀ ਬਾਈ ਜੋਰਾਂ ਦਾ ਮਨ ਇਹ ਹੁੰਦਾ ਵੀ ਨਹੀਂ ਯਾਰ ਆਪਾਂ ਲੈ ਕੇ ਆਈਏ ਇੱਥੇ, ਔਰ ਸਮਾਰਟ ਕਲਾਸਰੂਮ ਦੀ ਗੱਲ ਕਰ ਲਈਏ, ਕੰਪਿਊਟਰਸ ਦੀ ਗੱਲ ਕਰ ਲਈਏ, ਤਾਂ ਹਰ ਚੀਜ਼ ਨਾਲ ਲੈਸ ਹੈ ਸਕੂਲ? ਬਿਲਕੁਲ ਜੀ, ਹਰ ਚੀਜ਼ ਨਾਲ ਲੈਸ ਹੈ, ਜਿਹੜੀ ਆਧੁਨਿਕ ਜਿਹੜੀ ਆਪਾਂ ਨੂੰ ਚੀਜ਼ ਚਾਹੀਦੀ ਹੁੰਦੀ ਹੈ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਜੀ, ਅਤੇ ਉਹ ਸਾਰੀ ਇੱਥੇ ਆਰ ਓ ਵਾਲਾ ਪਾਣੀ ਹੈਗਾ ਜੀ, ਪ੍ਰੋਪਰ ਸਮਾਰਟ ਕਲਾਸਿਸ ਹੈਗੀਆਂ ਜੀ, ਅਤੇ ਤਾਂ ਜੋ ਸਾਨੂੰ ਇਹ ਲੱਗਦਾ ਹੁੰਦਾ ਵੀ ਜੋ ਵੀ ਬੱਚਿਆਂ ਨੂੰ ਸਹੂਲਤ ਦੇਣੀ ਚਾਹੀਦੀ ਆ ਉਹ ਇਹਨਾਂ ਨੂੰ ਦਿੱਤੀ ਜਾਵੇ। ਔਰ ਅਬਵ 90% ਦੀ ਆਪਾਂ ਗੱਲ ਕਰ ਲਈਏ, ਅਬਵ 80% ਦੀ ਗੱਲ ਕਰ ਲਈਏ, ਤਾਂ ਕਾਫੀ ਸਟੂਡੈਂਟਸ ਨੇ ਪਿਛਲੇ ਸਮੇਂ 'ਚ ਵੀ ਸਿਕਿਓਰ ਕੀਤੇ ਆ, ਔਰ ਇਹ ਸਕੂਲ ਪੇਂਡੂ ਏਰੀਏ ਦਾ, ਲੇਕਿਨ ਬੱਚਿਆਂ ਨੂੰ ਜਿਹੜੀ ਪੜ੍ਹਾਈ ਵੱਲ ਤਵੱਜੋ ਦੇ ਕੇ ਬੱਚਿਆਂ ਦੇ ਨੰਬਰ ਬਹੁਤ ਵਧੀਆ ਆਉਂਦੇ ਆ ਜੀ। ਬਿਲਕੁਲ ਜੀ, ਜਿਵੇਂ ਕਿ ਹੁਣ ਰੀਸੈਂਟਲੀ ਆਪਣਾ 5th ਕਲਾਸ ਦਾ ਰਿਜ਼ਲਟ ਆਇਆ ਸੀਗਾ ਜੀ, ਇਸ ਦੇ ਵਿੱਚ ਸਾਡੇ ਕੋਲ 13 ਬੱਚਿਆਂ ਨੇ ਆਪਣਾ ਦਿੱਤੇ ਸੀਗੇ, ਇਗਜ਼ਾਮ ਦਿੱਤੇ ਸੀਗੇ, ਜਿਹਦੇ ਵਿੱਚੋਂ 6 ਬੱਚਿਆਂ ਦੇ ਜਿਹੜੇ 90+ ਮਾਰਕਸ ਆਏ ਆ, ਅਤੇ ਬਾਕੀਆਂ ਦੇ ਵੀ ਇਹ ਹੈਗੇ ਆ ਵੀ 82 ਆ, 85 ਆ, ਬਸ 82 ਅਤੇ 96 ਦੇ ਵਿੱਚ ਹੀ ਆ ਸਾਰੇ ਬੱਚਿਆਂ ਦੇ ਨੰਬਰ। ਜੇ ਟਰਾਂਸਪੋਰਟੇਸ਼ਨ ਦੀ ਗੱਲ ਕਰ ਲਈਏ, ਤਾਂ ਬੱਚਿਆਂ ਨੂੰ ਘਰੋਂ ਲੈ ਕੇ ਆਉਣ ਦਾ ਔਰ ਛੱਡਣ ਦਾ ਬਹੁਤ ਵਧੀਆ ਪ੍ਰਬੰਧ ਹੈਗਾ, ਜਿਹੜੇ ਬੱਚੇ ਦੂਰ ਤੋਂ ਆਉਂਦੇ ਆ, ਪਿੰਡਾਂ ਤੋਂ ਆਉਂਦੇ ਆ? ਨਹੀਂ, ਉਹ ਜਿਹੜਾ ਪ੍ਰਬੰਧ ਹੈਗਾ ਉਹ ਪੇਰੈਂਟਸ ਦਾ ਆਪਣੇ ਆਪ ਕੀਤਾ ਹੋਇਆ। ਸਤਿ ਸ਼੍ਰੀ ਅਕਾਲ ਜੀ, ਮੈਂ ਤਨਵੀਰ ਕੌਰ ਫਰੋਮ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਟਿਲਵਾਂ ਕਲਾਂ। ਜੇ ਤੁਸੀਂ ਵੀ ਆਪਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣਾ ਚਾਹੁੰਦੇ ਹੋ ਤਾਂ ਇੱਕ ਵਾਰ ਸਕੂਲ ਜ਼ਰੂਰ ਵਿਜ਼ਿਟ ਕਰੋ। ਆਓ, ਤੁਹਾਨੂੰ ਆਪਣੇ ਸਕੂਲ ਦੀਆਂ ਫੈਸਿਲਿਟੀਜ਼ ਬਾਰੇ ਤਾਂ ਆਪਣੇ ਸਕੂਲ ਵਿੱਚ ਵਿਜ਼ਿਟ ਕਰਾਉਂਦੇ ਹਾਂ। ਦਿਸ ਇਜ਼ ਅਵਰ ਰਿਸੈਪਸ਼ਨ ਏਰੀਆ, ਸਰ ਮੈਨੇਜਿੰਗ ਡਾਇਰੈਕਟਰ ਆਫਿਸਰ, ਲੈਟਸ ਕਮ ਵਿਦ ਮੀ। ਦਿਸ ਇਜ਼ ਆਰ ਫਸਟ ਕਲਾਸ, ਮਿਸ ਸੰਦੀਪ ਕੌਰ ਇਜ਼ ਇਨ ਚਾਰਜ ਆਫ ਦਿਸ ਕਲਾਸ, ਵੀ ਆਰ ਗੋਇੰਗ ਟੂ ਅਨਦਰ ਕਲਾਸ।
This is our prep 1 and prep 2 class. Morning students. Morning ma'am. Are you ready? Yes ma'am. Very good. अब हम करने वाले हैं एक्शंस वर्ड्स. ओके लेट्स स्टार्ट. फर्स्ट इज डू राइट. डू राइट मैम. आई एम राइटिंग. डू डांसिंग. डू ड्रिंकिंग. डू कॉम्बिंग. Do jumping. Well done. Well done student. Bye bye.